ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਹੈ ਅੱਜ ਦੀ ਲਾਈਵ ਸਟ੍ਰੀਮ ਦੇ ਵਿੱਚ। ਸ਼ੁਕਰੀਆ ਆਪ ਸਭ ਜੀ ਦਾ ਅੱਜ ਦੀ ਲਾਈਵ ਸਟ੍ਰੀਮ ਦੇ ਵਿੱਚ ਜੁੜਨ ਲਈ। ਸੋ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ। ਸੋ ਜਿਹੜੇ ਨਵਾਂ ਪ੍ਰੋਸੈਸ ਹੈ ਜਿਹਦੇ ਮੁਤਾਬਿਕ ਹੁਣ ਆਪਾਂ ਨੂੰ 30 ਸਵਾਲ ਮਿਲਣਗੇ ਆਪਣੇ ਇਗਜ਼ਾਮੇ ਦੇ ਵਿੱਚ, ਜਿਹੜੇ 30 ਸਵਾਲ ਹੋਣਗੇ, ਇਹਨਾਂ ਵਿੱਚ ਤੁਹਾਨੂੰ 3 ਗਲਤੀਆਂ ਦੀ ਮਾਫੀ ਹੋਏਗੀ, ਪਲੱਸ ਤੁਹਾਨੂੰ 20 ਮਿੰਟ ਮਿਲਣਗੇ ਤੁਹਾਡੇ ਇਗਜ਼ਾਮੇ ਨੂੰ ਕਰਨ ਦੇ ਲਈ। ਸੋ ਇਹ ਨਵਾਂ ਕਾਨੂੰਨ ਹੈ ਜਿਹੜਾ ਕਿ 20 ਤਰੀਕ ਤੋਂ ਸ਼ੁਰੂ ਹੋ ਚੁੱਕਿਆ ਹੈ, ਇਹ ਵਾਲੀ 20 ਤੋਂ, ਯਾਨੀ ਕਿ ਕੱਲ੍ਹ ਤੋਂ ਇਹ ਵਾਲਾ ਜਿਹੜਾ ਕਾਨੂੰਨ ਹੈ ਸੋਮਵਾਰ ਤੋਂ ਇਹ ਕਾਨੂੰਨ ਜਿਹੜਾ ਹੈ ਲਾਗੂ ਹੋ ਜਾਏਗਾ। ਸੋ ਜਿਹੜੇ ਵੀ ਭੈਣ ਭਰਾ ਦਾ ਇਗਜ਼ਾਮ ਹੈ ਉਹ 30 ਸਵਾਲਾਂ ਦੇ ਹਿਸਾਬ ਨਾਲ ਹੀ ਆਪਣੀ ਤਿਆਰੀ ਕਰਿਓ, ਤਾਂ 40 ਸਵਾਲਾਂ ਨਾਲ ਵੀ ਕੀਤੀ ਹੋਈ ਹੈ, ਤੁਸੀਂ ਸਾਰਾ ਸਿਲੇਬਸ ਤਾਂ ਪੜ੍ਹਿਆ ਹੀ ਹੋਇਆ, ਬਸ ਕਨਫਿਊਜ਼ਨ ਥੋੜ੍ਹੀ ਬਹੁਤੀ ਤੁਹਾਨੂੰ ਉੱਥੇ ਹੋ ਸਕਦੀ ਆ। ਸੋ ਉਸ ਤੋਂ ਬਚਣ ਲਈ ਆਪਣੀ ਤਿਆਰੀ 30 ਸਵਾਲਾਂ ਦੇ ਹਿਸਾਬ ਨਾਲ ਕਰਿਓ। ਮਾਰਕੀਟ ਵਿੱਚ ਇਸ ਟਾਈਮ ਬਹੁਤ ਘੱਟ ਐਪਲੀਕੇਸ਼ਨਾਂ ਨੇ ਜਿਨ੍ਹਾਂ ਦੇ ਵਿੱਚ 30 ਸਵਾਲ ਤੁਹਾਨੂੰ ਮਿਲਦੇ ਪਏ ਆ। ਸਾਡੀ ਐਪਲੀਕੇਸ਼ਨ ਜਿਹੜੀ ਕੁਇਜ਼ ਪਤੇਨ ਅਤੇ ਮੁਲਤੀ ਲਿੰਗੁਆ ਹੈ, ਜਿਹਦੇ ਥਰੂ ਆਪਾਂ ਸਕੇਦਾ ਵੀ ਕਰਦੇ ਹਾਂ ਸੰਡੇ ਵਾਲਾ। ਸੋ ਇਸ ਐਪਲੀਕੇਸ਼ਨ ਦੇ ਵਿੱਚ ਅਸੀਂ ਅਪਡੇਟ ਕਰ ਦਿੱਤੀ ਆ, ਐਂਡਰੋਇਡ ਵਾਲਿਆਂ ਨੂੰ ਪੂਰੀ ਸਰਵਿਸ ਮਿਲਦੀ ਪਈ ਆ, ਉਹਨਾਂ ਨੂੰ ਜਿੰਨੇ ਵੀ ਸਵਾਲ ਨੇ ਉਹ 30 ਸਵਾਲਾਂ ਦੇ ਹਿਸਾਬ ਨਾਲ ਮਿਲਦੇ ਪਏ ਨੇ, ਮਤਲਬ ਕਿ 30 ਸਵਾਲ ਆ ਰਹੇ ਨੇ ਉਹਨਾਂ ਨੂੰ, 3 ਗਲਤੀਆਂ ਦੀ ਮਾਫੀ ਅਤੇ 20 ਮਿੰਟ ਮਿਲਦਾ ਪਿਆ ਟਾਈਮ ਦੇ ਵਿੱਚ। ਸੋ ਇਹ ਗੱਲ ਦਾ ਖਿਆਲ ਰੱਖਿਓ, ਵਿੱਚ ਪਤੇਨ ਅਤੇ ਮੁਲਤੀ ਲਿੰਗੁਆ ਜਿਨ੍ਹਾਂ ਕੋਲ ਐਂਡਰੋਇਡ ਫੋਨ ਹੈ ਉਹ ਆਪਣੀ ਐਪਲੀਕੇਸ਼ਨ ਨੂੰ ਅਪਡੇਟ ਕਰ ਸਕਦੇ ਨੇ, ਜਿਨ੍ਹਾਂ ਕੋਲ ਆਈਫੋਨ ਹੈ ਉਹਨਾਂ ਲਈ ਆਈ ਥਿੰਕ ਕੱਲ੍ਹ ਤੱਕ ਅਪਡੇਟ ਆ ਜਾਏਗੀ। ਸੋ ਕੱਲ੍ਹ ਤੱਕ ਤੁਸੀਂ ਉਹਨਾਂ ਨੂੰ ਅਪਡੇਟ ਕਰ ਲਿਓ ਐਪਲੀਕੇਸ਼ਨ ਨੂੰ, ਅਤੇ ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਆਈਫੋਨ 'ਤੇ ਵੀ ਚੱਲਣੀ ਸ਼ੁਰੂ ਹੋ ਜਾਏਗੀ ਨਵੇਂ ਕਾਨੂੰਨਾਂ ਦੇ ਮੁਤਾਬਿਕ। ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਕਾਨੂੰਨ ਹੈ ਓਬਵੀਅਸਲੀ ਸਾਰਿਆਂ 'ਤੇ ਲਾਗੂ ਹੁੰਦਾ ਪਿਆ, ਕੋਈ ਵੀ ਬੰਦਾ ਇੱਥੇ ਪਿੱਛੇ ਨਹੀਂ ਰਹਿ ਰਿਹਾ, ਸਾਰੇ ਬੰਦਿਆਂ ਨੂੰ ਹੀ ਇਸ ਨੂੰ ਫੋਲੋ ਕਰਨਾ। 20 ਤਰੀਕ ਤੋਂ ਇਹ ਕਾਨੂੰਨ ਲਾਗੂ ਹੋ ਰਿਹਾ, ਸੋ ਇਸ ਹਿਸਾਬ ਨਾਲ ਆਪਣੀ ਤਿਆਰੀ ਕਰ ਲਿਓ। ਐਪਲੀਕੇਸ਼ਨ ਅਪਡੇਟ ਹੋ ਚੁੱਕੀ ਆ, ਅਤੇ ਕੋਈ ਵੀ ਸਵਾਲ ਨਵੇਂ ਨਹੀਂ ਆਏ ਅੱਗੇ ਵਿੱਚ, ਸਾਰਾ ਸਿਲੇਬਸ ਸੇਮ ਹੈ, ਪੁਰਾਣੇ ਵਾਲਾ ਹੀ ਆ, ਤੁਸੀਂ ਉਹਦੇ ਥਰੂ ਹੀ ਆਪਣੀ ਤਿਆਰੀ ਕਰਨੀ ਆ। ਸੋ ਇੱਕ ਹੋਰ ਜ਼ਰੂਰੀ ਅਨਾਊਂਸਮੈਂਟ ਆ ਕਿ ਮੈਂ ਆਉਣ ਵਾਲੀ ਜਿਹੜੀ ਦਿਨ ਹੋਣਗੇ ਇੱਕ ਮਹੀਨੇ ਲਈ, ਯਾਨੀ ਕਿ ਅਗਲੇ 4 ਹਫ਼ਤਿਆਂ ਲਈ, 4 ਤੋਂ 5 ਹਫ਼ਤਿਆਂ ਲਈ ਲਾਈਵ ਨਹੀਂ ਆ ਪਾਵਾਂਗਾ, ਕਿਉਂਕਿ ਤੁਹਾਡਾ ਵੀਰ ਇੰਡੀਆ ਚੱਲਿਆ, ਸੋ ਉੱਥੇ ਟਾਈਮ ਦੀ ਥੋੜ੍ਹੀ ਜਿਹੀ ਤੁਹਾਨੂੰ ਪਤਾ ਕਮੀ ਸ਼ਮੀ ਹੁੰਦੀ ਆ। ਸੋ ਇਸ ਕਰਕੇ ਉੱਥੋਂ ਦੀ ਮੈਂ ਲਾਈਵ ਨਹੀਂ ਆ ਪਾਵਾਂਗਾ, ਪਰ ਹਾਂ ਬਾਕੀ ਸਾਰੇ ਕੰਮ ਸਾਡੇ ਚੱਲਦੇ ਰਹਿਣਗੇ। ਅਤੇ ਜਿਹੜੇ ਨੰਬਰ ਉੱਤੇ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ, ਇਹਨਾਂ ਦੇ ਉੱਤੇ ਜਿਹੜੇ ਵਟਸਐਪ ਵਾਲੀ ਜਿਹੜੀ ਫੈਸਿਲਿਟੀ ਹੋਏਗੀ ਉਹ ਸਾਰੀ ਚੱਲਦੀ ਰਹੇਗੀ। ਸੋ ਜਿਨ੍ਹਾਂ ਕੋਲ ਵਟਸਐਪ ਹੈਗਾ ਸਾਡੇ ਇਹਨਾਂ ਨੰਬਰਾਂ ਉੱਤੇ ਰਾਬਤਾ ਕਰ ਸਕਦੇ ਨੇ। ਡਾਇਰੈਕਟ ਕਾਲ ਦੀ ਜਿਹੜੀ ਫੈਸਿਲਿਟੀ ਆ ਉਹ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਕਿਉਂਕਿ ਉਸ ਦੇ ਵਿੱਚ ਸਾਡੀ ਟੀਮ ਦੇ ਮੈਂਬਰ ਘੱਟ ਪੈ ਜਾਂਦੇ ਆ ਸਾਰੇ ਨੰਬਰ ਹੈਂਡਲ ਕਰਨ ਦੇ ਵਿੱਚ। ਸੋ ਜੇਕਰ ਤੁਹਾਨੂੰ ਕੋਈ ਵੀ ਸਾਡੀ ਜ਼ਰੂਰਤ ਹੋਵੇ, ਸੋ ਪਲੀਜ਼ ਸਾਨੂੰ ਵਟਸਐਪ 'ਤੇ ਰਾਬਤਾ ਕਰਿਓ, ਅਸੀਂ ਉੱਥੇ ਤੁਹਾਡੇ ਨਾਲ ਜੁੜੇ ਰਹਾਂਗੇ, ਅਤੇ ਤੁਹਾਡੇ ਨਾਲ ਜਿਹੜੀ ਵੀ ਗੱਲਬਾਤ ਹੋਏਗੀ ਜਲਦੀ ਜਾਂ ਜੋ ਵੀ ਤੁਹਾਡੇ ਸਵਾਲ ਹੋਣਗੇ ਉੱਥੇ ਹੀ ਹੱਲ ਕੀਤੇ ਜਾਣਗੇ।